ਫੈਸਲੇ ਤੇ ਵੈਸੇ ਤੁਸੀਂ ਪ੍ਰਤੀਕਰਮ ਅਖਬਾਰਾਂ 'ਚ ਦੇ ਵੀ ਚੁੱਕੇ ਆ, ਫਿਰ ਵੀ ਜਿਹੜਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਫੈਸਲਾ ਲਿਆ ਗਿਆ ਆ ਤੇ ਉਸ ਤੋਂ ਬਾਅਦ ਵੀ ਉਹ ਇਹੀ ਕਹਿ ਰਿਹਾ ਜੀ ਕਿ ਜਥੇਦਾਰ ਮੇਰੇ ਨਾਲ ਆ ਕੇ ਡਿਬੇਟ ਕਰ ਲੈ ਟੀਵੀ ਤੇ, ਜਥੇਦਾਰ ਮੇਰੇ ਨਾਲ ਆ ਕੇ ਡਿਬੇਟ ਕਰ ਲੈ ਤੇ ਉਹ ਅਕਾਲ ਤਖ਼ਤ ਦੀ ਮਤਲਬ ਜਿਹੜੀ ਪਰੰਪਰਾ ਆ ਜਾਂ ਜਿਹੜਾ ਉਹਦੀ ਸਰਬਿਕਤਾ ਆ ਉਹਨੂੰ ਹਾਲੇ ਵੀ ਸਮਝ ਨਹੀਂ ਰਿਹਾ ਕਿ ਜਾਂ ਜਾਣ ਕੇ ਮਖੌਲੇ ਕਰ ਰਿਹਾ ਵੀ ਜਿਹੜੇ ਅਕਾਲ ਤਖ਼ਤ ਦਾ ਫੈਸਲਾ ਮੈਂ ਨਹੀਂ ਇਹਨੂੰ ਮੰਨਿਆ। ਦੇਖੋ ਸਭ ਤੋਂ ਪਹਿਲਾਂ ਇਸ ਫੈਸਲੇ ਦੀ ਮੈਂ ਸ਼ਲਾਘਾ ਕੀਤੀ ਹੈ। ਠੀਕ ਦੇਰ ਨਾਲ ਉਸ ਫੈਸਲਾ ਬਹੁਤ ਪਹਿਲਾਂ ਆ ਜਾਣਾ ਚਾਹੀਦਾ ਸੀਗਾ। ਠੀਕ ਹੈ, ਭਾਈ ਰਣਜੀਤ ਸਮਝਾਉਣ ਦਾ ਬਹੁਤ ਯਤਨ ਕੀਤਾ ਪਰ ਉਹ ਨਾ ਮੰਨੂ ਮੈਂ ਨਾ ਮੰਨੂ ਵਾਲੀ ਰੱਟ ਲਾ ਕੇ ਰਹੀ। ਹਾਂਜੀ, ਅੱਜ ਉਹ ਹੰਕਾਰੀ ਵਿਅਕਤੀ ਜਿਹੜੀ ਧਾਰਨ ਕਰ ਲਈ ਆ ਕਿ ਮੈਂ ਉਤਾਰਨਾ ਠੀਕ ਗੱਲ ਕਹੀ ਸੀ। ਮੈਂ ਜੀ ਪਹਿਲਾਂ ਦੋ ਨਿਮਤਾਂ ਨਾਲ ਵੀਡੀਓ ਪਾਈਆਂ ਸੀ ਜਦੋਂ ਉਹਨੇ ਮਜ਼ਾਕ ਉਡਾਇਆ ਤਾਂ ਮੈਂ ਕਿਹਾ ਸੀ ਜਿੱਥੇ ਤੈਨੂੰ ਭਰਾਵਾਂ ਵਾਂਗੂ ਬਿਠਾ ਕੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਆ ਜਥੇਬੰਦੀਆਂ ਜਾਂ ਕਮੇਟੀ ਆ ਕੋਈ, ਪਰ ਤੂੰ ਮੇਰੀ ਗੱਲ ਯਾਦ ਰੱਖੀ ਤੂੰ ਸਮਾਂ ਗਵਾ ਲੈਣਾ ਕਹਿੰਦੇ ਹੁੰਦੇ ਆ ਵੇਲੇ ਦਾ ਰਾਜ ਵੇਲੇ ਦੀਆਂ ਚੱਕਰਾਂ। ਠੀਕ, ਮੈਂ ਕਿਹਾ ਤੂੰ ਮੇਰੇ ਨਾਲ ਬਰਾਬਰ ਨੀ ਪੈਰਾਂ ਚ ਬਹਾਉਂਦੇ ਆ ਤੂੰ ਸੋਆ ਵੱਟ ਕੇ ਬੈਠੇ ਆ। ਠੀਕ, ਜਿਹੜੀ ਗੱਲ ਯਾਦ ਰੱਖੀ ਆਉਣ ਵਾਲੇ ਟਾਈਮ ਦੇ ਵਿੱਚ ਰਣਜੀਤ ਸਿੰਘ ਟੋਆ ਪੱਟ ਕੇ ਬੈਠੂਗਾ, ਨਹੀਂ ਤਾਂ ਅੱਜ ਕਿੱਦਾਂ ਦੀਆਂ ਗੱਲਾਂ ਨੇ ਜਿਹੜੇ ਉਹਦੇ ਕੋਈ ਮਾੜੇ ਮੋਟੇ ਕਾਰੋਬਾਰ ਜਿਹੜੇ ਕਹਿੰਦੇ ਉਹਨੂੰ ਬੜੇ ਲੋਕ ਸੁਣਦੇ ਆ ਜੀ ਯੂਟਿਊਬ ਤੇ ਫੇਸਬੁੱਕ। ਆਉਣ ਵਾਲੇ ਸਮੇਂ ਚ ਦੇਖੋਗੇ ਹੱਥ ਰੱਖੀ ਆ ਜਾਂ ਤਾਂ ਲੰਮਾ ਪੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਊਗਾ, ਕਿਉਂਕਿ ਮੈਂ ਸਮਝਦਾ ਜੀ ਬੜੀ ਸਿਆਣਪ ਵਰਤੀ ਗਿਆਨੀ ਹਰਪ੍ਰੀਤ ਧਿਆਣਾ ਨੇ ਜਿਹੜਾ ਰਾਹ ਵੀ ਖੁੱਲਾ ਰੱਖਿਆ, ਤਾੜਨਾ ਵੀ ਕੀਤੀ ਆ ਸਰਦਾਰ ਸਾਹਿਬ ਤੇ ਜਾਣ ਦਾ ਰਾਹ ਵੀ ਖੁੱਲਾ ਰੱਖਿਆ। ਠੀਕ ਹੈ, ਅਜੇ ਵੀ ਸਮਝ ਲੈ ਖੇਤਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਸਮਝਿਆ। ਹਾਂਜੀ, ਮੈਂ ਇੱਕ ਗੱਲ ਸਾਂਝਾ ਕੀਤੀ ਆ ਜਰੂਰ ਹੈ ਕਿਉਂਕਿ ਬਿਆਨ ਦੇ ਰਿਹਾ ਜੀ ਸਭ ਕਮੇਟੀਆਂ ਬਣਦੀਆਂ ਨੇ ਗੰਗੂਆਂ ਤੋਂ ਗੱਡੀ ਝਾੜਦੇ ਮੁੜ ਕੇ ਵਰਤੀ ਤੌਰ ਤੇ ਅੱਧੂ ਪਹੁੰਚਦੇ ਤੂੰ ਖਾਤੇ ਪਾ ਜਾਂਦੇ ਆ। ਹਾਂਜੀ, ਮੈਂ ਕਿਹਾ ਸੀ ਜਾਂ ਤਾਂ ਕਹਿ ਲਓ ਰਣਜੀਤ ਸਿੰਘ ਸਹੀ ਆ ਕਲੀਨ ਚਿੱਟ ਦੇ ਦੇ ਠੀਕ ਤੇ ਜਾਂ ਜੇ ਗੁਨਾਹਗਾਰ ਫਿਰ ਜਿਹੜੀ ਸਜ਼ਾ ਬਣਦੀ ਉਹ ਕਰੋ। ਮੈਂ ਸਮਝਦਾ ਬੜੀ ਦੂਰ ਅੰਦੇਸ਼ੀ ਦਾ ਫੈਸਲਾ ਵਾ ਤੇ ਉਹਦੇ ਲਈ ਰਾਹ ਵੀ ਖੁੱਲਾ ਰੱਖਿਆ, ਤਾੜਨਾ ਵੀ ਕੀਤੀ ਆ, ਸਮਝਣ ਦਾ ਮੌਕਾ ਵੀ ਦਿੱਤਾ ਵਾ। ਠੀਕ ਹੈ, ਰਣਜੀਤ ਸਿੰਘ ਦੇ ਪਾਲੇ ਚ ਟੀਮ ਦਾ ਰਣਜੀਤ ਸਿੰਘ ਦੇ ਪਾਲੇ ਚ ਰਣਜੀਤ ਸਿੰਘ ਸਿਆਣਪ ਵਰਤੇ ਪੰਥ ਨਾਲ ਅਕਾਲ ਤਖ਼ਤ ਸਾਹਿਬ ਨਾਲ ਗੁਰੂ ਸਾਹਿਬ ਨਾਲ ਮੱਥਾ ਲਾ ਕੇ ਕੋਈ ਨੀ ਵਧਿਆ ਤੇ ਉਹਨੂੰ ਚਾਹੁੰਦੇ ਆ ਅਸੀਂ ਚਾਹੁੰਦੇ ਹਾਂ ਉਹ ਸਿੱਖੀ ਦਾ ਪ੍ਰਚਾਰ ਕਰੇ, ਕਥਾ ਕੀਰਤਨ ਕਰੇ, ਸੰਗਤਾਂ ਨੂੰ ਅੰਮ੍ਰਿਤ ਛਕਾਵੇ, ਪਰ ਗੁਰਮਰਿਆਦਾ ਪਰੰਪਰਾ ਵਿੱਚ ਆ ਕੇ ਜਿਹੜੀਆਂ ਉਹਨੇ ਆਪਣੀਆਂ ਨਵੀਆਂ ਰੋ ਰੀਤਾਂ ਪਰੰਪਰਾਵਾਂ ਤੋੜਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਗੁਰੂ ਪੰਥ ਪ੍ਰਵਾਨ ਨੀ ਕਰਦਾ। ਠੀਕ, ਇਸ ਕਰਕੇ ਉਹਨੂੰ ਸਮਝਣਾ ਚਾਹੀਦਾ ਅਜੇ ਵੀ ਮੌਕਾ ਹੈਗਾ ਉਹਦੇ ਕੋਲੇ। ਅਜੇ ਹੁਣ ਥੋੜਾ ਥੋੜਾ ਜਿਹਾ ਜਿੱਦਾਂ ਲੱਗਦਾ ਨੀ ਯੂ ਟਰਨ ਜਿਹਾ ਹੋ ਗਿਆ ਵੀ ਮੈਨੂੰ ਮੇਰਾ ਕਸੂਰ ਦੱਸ ਦਿਓ ਜਾਂ ਮੈਨੂੰ ਦੱਸ ਦੇਣਾ ਚਾਹੀਦਾ ਜੀ। ਮੇਰੀ ਫੇਰ ਨੀ ਸੀ ਰਣਜੀਤ ਸਿੰਘ ਜੀ, ਹਾਂਜੀ ਮੈਂ ਸੁਣਿਆ ਨੀ। ਠੀਕ ਹੈ, ਬਾਅਦ ਵਿੱਚ ਹਾਂਜੀ ਕੋਈ ਨੀ, ਅਸੀਂ ਚਲੋ ਇੰਨਾ ਕੁ ਤਾਂ ਪਤਾ ਲੱਗ ਹੀ ਗਿਆ ਤੁਹਾਨੂੰ ਕਿ ਉਹਨਾਂ ਦਾ ਜਿਹੜਾ ਫੈਸਲਾ ਆਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਫੇਰ ਬੜਕ ਮਾਰੀ ਸੀਗੀ ਕਿ ਮੈਨੂੰ ਇੰਨਾ ਕੁ ਮੈਨੂੰ ਪਤਾ ਲੱਗਾ ਕਿ ਮੈਨੂੰ ਜੋ ਮਰਜ਼ੀ ਕਰ ਦੇਣ ਮੈਂ ਕਾਲ ਤਖ਼ਤ ਤੇ ਚਾਹੁੰਦਾ। ਹਾਂ ਏਦਾਂ ਹੀ ਹਾਲ ਦੀ ਵੀ ਵਾਲੀ ਭਾਵਨਾ ਜਿਹੜੀ ਆ, ਪਰ ਅਸੀਂ ਸੁਣਾਉਂਦੇ ਹਾਂ ਕਿ ਹਰ ਜੀ ਹੰਕਾਰ ਦਾ ਭਾਵ ਹੀ ਵੇਖ ਸੁਣਾਵਾ। ਠੀਕ, ਫਿਰ ਸਾਨੂੰ ਇਸ ਗੱਲ ਨੂੰ ਮੰਨਣਾ ਚਾਹੀਦਾ ਕਿ ਹੌਂਸਲੇ ਤੋਂ ਦੂਰ ਹੰਕਾਰ ਤੋਂ ਦੂਰ ਨਿਮਰਤਾ। ਠੀਕ, ਅਕਾਲ ਤਖ਼ਤ ਸਾਹਿਬ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਆ। ਹਾਂਜੀ, ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕਰਾਂਗੇ। ਜਥੇਦਾਰ ਨਾਲ ਕੋਈ ਜ਼ਿਲ੍ਹਾ ਸਿੱਖਵਾ ਵੀ ਹੋਵੇ, ਐਸਜੀਪੀ ਪ੍ਰੈਜ਼ੀਡੈਂਟ ਨਾ ਹੋਵੇ, ਮੁਲਾਜ਼ਮ ਨਾ ਹੋਵੇ, ਆਪਾਂ ਬਹਿ ਕੇ ਗੱਲ ਕਰ ਸਕਦੇ। ਠੀਕ, ਪਰ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਮਹਾਨ ਜੋ ਗੁਰੂ ਨੇ ਦਿੱਤੀਆਂ, ਜੇ ਸਾਡੀਆਂ ਸੰਸਥਾਵਾਂ ਨਾ ਰਹੀਆਂ, ਪਰੰਪਰਾਵਾਂ ਨਾ ਰਹੀਆਂ, ਮਰਿਆਦਾ ਨਾ ਰਹੀਆਂ, ਸਾਡਾ ਵਜੂਦ ਕੀ ਰਹੂਗਾ। ਠੀਕ ਹੈ, ਦੁਸ਼ਮਣ ਦਾ ਚਾਹੁੰਦਾ ਵਾ ਕਿ ਇਹਨਾਂ ਨੂੰ ਅਕਾਲ ਤਖ਼ਤ ਨਾਲੋਂ ਤੋੜੋ, ਹਾਂਜੀ ਸਿਧਾਂਤ ਨਾਲੋਂ ਤੋੜੋ, ਠੀਕ ਇਹਨਾਂ ਨੂੰ ਜਿਹੜੇ ਪਰੰਪਰਾਵਾਂ ਉਹਨਾਂ ਨਾਲੋਂ ਤੋੜੋ। ਹਾਂਜੀ ਹਾਂਜੀ, ਇਸ ਕਰਕੇ ਥੋੜੀ ਸਮਝਣ ਦੀ ਲੋੜ ਆ ਕਿ ਤੇਰੇ ਦੂਰੇ ਵੱਡੀਆਂ ਗੱਲਾਂ ਨੀ ਹੁੰਦੀਆਂ, ਸਿਕਿਉਰਟੀਆਂ ਸਜਾਟੀਆਂ ਕੱਟੀਆਂ ਕਾਰਾਂ ਰੁਪਈਏ ਤੇ ਸਾਰਾ ਕੁਛ ਧਰਿਆ ਧਰਾਇਆ ਰਹਿ ਜਾਂਦਾ, ਇਹਨਾਂ ਨੂੰ ਕੋਈ ਨੀ ਪੁੱਛਦਾ। ਸਮਾਂ ਪਾ ਕੇ ਜਦੋਂ ਬੰਦੇ ਨੂੰ ਕੋਈ ਸੁਣ ਹੀ ਨਾ ਆਇਆ ਜਾਂ ਬੰਦੇ ਦੀ ਕੋਈ ਸੁਰੱਖਿਆ ਕਰ ਲਈ, ਫਿਰ ਉਹਨੂੰ ਫੇਰ ਐਵੇਂ ਮੱਥੇ ਤੇ ਹੱਥ ਮਾਰਨਾ, ਉਹ ਕਹਿੰਦੇ ਵਿਆਹ ਧੱਕਾ ਏ ਗਿਆ ਹੋ ਜਾ ਜਿਹੜੀਆਂ ਚੌਕੀ ਖੇਤ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਤੇ ਭਾਈ ਰਣਜੀਤ ਸਿੰਘ ਨੂੰ ਪਰਮਾਤਮਾ ਸਮਰਥ ਦੇਵੇ, ਉਹ ਹਉਮੈ ਛੱਡੇ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇ,
ਸਿੱਖੀ ਦਾ ਪ੍ਰਚਾਰ ਕਰੇ, ਅੰਮ੍ਰਿਤ ਪ੍ਰਚਾਰ ਕਰੇ। ਪੰਥ ਨੂੰ ਪ੍ਰਚਾਰ ਤੇ ਪ੍ਰਸਾਰ ਦੀ ਬੜੀ ਲੋੜ ਹੈ, ਪਰ ਜਿਹੜੇ ਰਾਹ ਰਣਜੀਤ ਸਿੰਘ ਇਹ ਰਾਹ ਨੂੰ ਤਿਆਗ ਦੇਵੇ। ਵਾਹਿਗੁਰੂ ਅੱਗੇ ਅਰਦਾਸ ਕਰਦੇ।